हम इस वक्त तिहाड़ जेल के 4 नंबर गेट के पास हैं। देवेंद्र जी अभी रिहा होके अभी अभी बाहर आए हैं। एक होर किसान की अज जमानत हो गई है तिहाड़ जेल के बाहर। तुम लाइव तस्वीर देख रहे हो, एक होर किसान की 26 जनवरी घटना तो बाद जमानत हो गई है, क्योंकि लगातार जिन्हें भी किसान से उन्होंने जमानत कराने वास्ते जो संयुक्त किसान मोर्चे का लीगल सैल से वो कोशिशा कर रहा है, तो अज एक होर किसान की जमानत कल हो गई सी, अज उन्होंने रिलीज़ कर दिता गया। तो जो बाहर भी आ गए ने तिहाड़ जेल के बाहरों तुम तस्वीर देख रहे हो, किसान तस्वीर इस पास देखोगे तुम, जो लीगल सैल है लगातार कोशिश की जा रही थी कि जिन्हें भी किसान जेल के अंदर ने जिन्हें भी किसानों के उपर परचे दर्ज हुए ने उन्होंने किसानों की जमानत करवाई जाए। तो दस्या जा रहा है कि किसान करनाल दे नाल संबंध रखते हैं, दविंदर सिंह नाम है, तो लीगल सैल लगातार तो होर भी जिन्नी भी गुरुद्वारा दिल्ली सिख गुरुद्वारा प्रबंधक की टीम है लीगल सैल लगातार मेनू 8 तरीक गुरुद्वारा साहब तो बुलाया, 8 तरीक बुलाने तो बाद अपना ID प्रूफ लैके वेरीफाई करा के चले जाओ बगैर, तो उत्थे जाके सानू इन्होंने कहा भी तुसी बैठो कोई साहब साडा आ रहा, तो उत्थे बिठा के सानू बहुत लेट तक फिर इन्हें फोन ले ले इदां करके सानू चला के उत्थे नहीं बुलाया, कित्थे गया सी तुहानू क्राइम ब्रांच बुलाया, क्राइम ब्रांच बुलाया गया। पुछ गिछ दे विच इह भी तुसी कदों गए सी, तुहानू पैसे दिंदी है अपने जिहड़े किसान ने तुहानू पैसे मिलदे आ, उत्थे इदां दे लंगर चलदे आ, कित्थों आ रहे आ, ते तुसी उहनां नाल सहयोग करदे हो, तुहानू भेजिआ किन्ने आ, तुहाडे नाल किहड़े किहड़े संबंध ने, ते तुहाडे नाल पिछे कौण है तुहाडे, वैसे तो क्या भी किसान आ, किसानां करके असीं नाल जा रहे आ, ते किसानी मोर्चे करके। बाकी मैं सारे वीर का धन्यवाद करता, मेरी प्रबंधक कमेटी का भी गुरुद्वारा साहब श्री गुरु सिंह सभा सैक्टर 7 तो, बाकी यूनियन है किसान धन्यवाद। वैसे किसान तो बहुत नंबर है, मेरे का 30-35 किसान अंदर है, मैं 2 नंबर जेल किसान, 3 नंबर उ बैरक है, तो अंदर जेल एक होर है जो उ ਕਿੰਨੇ ਕਿਸਾਨ ਨੇ ਅੰਦਰ ਅਤੇ ਹੋਰ ਕੀ ਗੱਲਬਾਤ ਕੀ ਹੁੰਦੀ ਹੈ, ਕੀ ਸਭ ਠੀਕ ਠਾਕ ਨੇ? ਬਸ ਠੀਕ ਠਾਕ ਤਾਂ ਇਹੀ ਹੈ ਵੀ ਉਹ ਛੇਤੀ ਤੋਂ ਛੇਤੀ ਉਹਨਾਂ ਨੂੰ ਰਿਹਾਅ ਕੀਤਾ ਜਾਵੇ, ਇਹ ਮੰਗ ਹੈ। ਨਹੀਂ ਕਹਿੰਦੇ ਕੀ ਨੇ ਅੰਦਰ ਗੱਲਬਾਤ ਤੁਹਾਡੀ ਹੋਈ ਹੋਣੀ, ਉਹਨਾਂ ਕਿਸਾਨਾਂ ਦੇ ਨਾਲ ਵੀ ਬਜ਼ੁਰਗ ਕਿੰਨੇ ਆ, ਨੌਜਵਾਨ ਕਿੰਨੇ ਆ? ਨੌਜਵਾਨ ਹੀ ਨੇ ਸਾਰੇ, ਬਜ਼ੁਰਗ ਤਾਂ ਕੋਈ ਨਹੀਂ। ਕੀ ਕਹਿੰਦੇ ਨੇ ਅੰਦਰ ਫਿਰ? ਉਹ ਕਹਿੰਦੇ ਵੀ ਰਿਹਾਈ ਕਰਵਾਓ ਕਰ ਕੀ ਰਹੇ ਸੀ ਤੁਸੀਂ? ਅਸੀਂ ਸੈਕਟਰ 8 ਤੇ
17 ਤੇ 18 ਦੇ ਡਿਵਾਈਡਰ ਤੇ ਵੀਰ ਜੀ 16-17 ਦੇ ਡਿਵਾਈਡਰ ਤੋਂ ਵੀਰ ਜੀ ਵਰਾਂ ਨਾਲ ਆਪਾਂ ਸੇਵਾ ਵਾਸਤੇ ਰਲੇ ਸਾਂ ਤੇ ਉੱਥੇ ਜਲਦੀ ਜਿਸ ਤਰ੍ਹਾਂ ਸੇਵਾ ਨਾਲ ਸੰਗਤਾਂ ਨਾਲ ਕਰਦੇ ਤੇ ਇੱਦਾਂ ਹੀ ਸਾਨੂੰ ਅੱਗੋਂ ਅਸੀਂ ਵਾਪਸੀ ਆ ਵੀ ਰਹੇ ਸਾਂ ਸਾਨੂੰ ਪੁਲਿਸ ਵਾਲਿਆਂ ਨੇ ਆਉਣ ਨਹੀਂ ਦਿੱਤਾ ਉਹਨਾਂ ਨੇ ਪਿੱਛੋਂ ਜਿਪਸੀ ਜੇ ਸਾਡੀ ਨੰਬਰ ਪਲੇਟ ਮੋਟਰਸਾਈਕਲ ਦੀ ਬਾਈਕ ਦੀ ਆ ਸਕਦੀ ਹੈ ਤੇ ਜਿੰਨਾ ਸਾਡੇ ਗੱਡੀ ਦੇ ਪਿੱਛੇ ਪੁਲਿਸ ਵਾਲੇ ਸਨ ਉਹਨਾਂ ਦੀ ਪੁਲਿਸ ਵਾਲਿਆਂ ਦੀ ਗੱਡੀ ਨੰਬਰ ਪਲੇਟ ਨਹੀਂ ਆ ਸਕਦਾ ਜੇ ਸਾਡਾ ਅਸੀਂ ਅਰੈਸਟ ਹੋ ਸਕਦੇ ਹਾਂ ਅਸੀਂ ਆ ਰਹੇ ਸਾਂ ਵਾਪਸ ਉਹਨਾਂ ਨੂੰ ਕਿਹਾ ਵੀ ਅਸੀਂ ਵਾਪਸ ਜਾ ਰਹੇ ਹਾਂ ਉਹ ਕਹਿੰਦੇ ਨਹੀਂ ਜਾਣਾ ਤੁਸੀਂ ਅੱਗੇ ਚਲੋ ਅੱਗੇ ਚੱਲਦੇ ਚੱਲਦੇ ਦੋ ਜਗ੍ਹਾ 'ਤੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਸੀਂ ਰੁਕੇ ਹਾਂ ਪਰ ਉਹਨਾਂ ਨੇ ਸਾਨੂੰ ਉੱਧਰ ਲਾਲ ਕਿਲੇ ਵੱਲ ਧੱਕ ਦਿੱਤਾ ਅਤੇ ਅਸੀਂ ਉੱਥੋਂ ਥੋੜ੍ਹੀ ਦੇਰ ਵਾਸਤੇ ਰੁਕ ਕੇ ਫਿਰ ਵਾਪਸ ਆ ਗਏ ਲਾਲ ਕਿਲੇ ਤੁਸੀਂ ਪਹੁੰਚੇ ਸੀ ਬਾਹਰੋਂ ਤੁਸੀਂ ਹੋ ਕੇ ਵਾਪਸ ਆ ਗਏ 3:30 ਵਜੇ ਗੁਰਦੁਆਰਾ ਸਾਹਿਬ ਪਹੁੰਚ ਗਏ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਨੇ ਵੀ ਉੱਧਰ ਹੀ ਤੋਰਨ ਦੀ ਕੋਸ਼ਿਸ਼ ਕੀਤੀ ਉਹ ਦੁਬਾਰਾ ਇੱਕ ਵਾਰੀ ਫੇਰ ਡਿਟੇਲ ਚ ਦੱਸੋ ਕਿ ਪੁਲਿਸ ਦਾ ਕੀ ਰੋਲ ਸੀਗਾ ਪੁਲਿਸ ਤੁਹਾਨੂੰ ਜਿਹੜਾ ਇਹ ਸਾਨੂੰ ਨਹੀਂ ਪਤਾ ਲੱਗਿਆ ਵੀ ਕੀ ਰੋਲ ਸੀ ਉਹਨਾਂ ਦਾ ਅਸੀਂ ਵਾਪਸੀ ਆਖਿਆ ਵੀ ਅਸੀਂ ਹੁਣ ਅੱਗੇ ਜੇ ਤਾਂ ਭੀੜ ਜ਼ਿਆਦਾ ਹੋ ਰਹੀ ਹੈ ਵਾਪਸੀ ਚੱਲਦੇ ਹਾਂ ਤੇ ਇਹਨਾਂ ਨੇ ਸਾਨੂੰ ਜਾਣ ਨਹੀਂ ਦਿੱਤਾ ਵਾਪਸੀ ਆਉਣ ਨਹੀਂ ਦਿੱਤਾ ਇਹ ਕਹਿੰਦੇ ਅੱਗੇ ਚੱਲੋ ਦੱਸ ਰਹੇ ਸੀ ਕਿ ਤੁਹਾਡੀ ਨੰਬਰ ਪਲੇਟ ਤੋਂ ਪਛਾਣ ਕੀਤੀ ਬਸ ਨੰਬਰ ਪਲੇਟ ਤੋਂ ਪਛਾਣ ਕੀਤੀ ਜਲਦੀ ਸੇਵਾ ਕਰ ਰਹੇ ਸੀ ਬਾਈਕ ਦੇ ਨੰਬਰ ਪਲੇਟ ਤੋਂ ਪਛਾਣ ਲਿਆ ਉਸ ਤੋਂ ਬਾਅਦ ਬੁਲਾ ਲਿਆ ਬਿਲਕੁਲ ਤੁਹਾਨੂੰ ਲੱਗਦਾ ਕੋਈ ਇਹ ਬਹੁਤ ਵੱਡਾ ਅਪਰਾਧ ਕਰ ਰਹੇ ਸੀ ਕਿ ਕੋਈ ਬਾਈਕ ਨਹੀਂ ਆ ਜੀ ਉਹਨੂੰ ਜਲਦੀ ਕਰ ਰਹੇ ਸੇਵਾ ਕਰ ਰਹੇ ਸੀ ਸੰਗਤ ਦੀ ਸੇਵਾ ਕਰ ਰਹੇ ਸੀ ਇਹ ਵੀਰ ਜੀ ਵਾਰੀ ਸੇਵਾ ਕਰਦੇ ਸਾਡੇ ਵਿਕਰਮ ਸਿੰਘ ਜੀ ਰੋਣੀ ਤੇ ਇਹਨਾਂ ਦਾ ਸਹਿਯੋਗ ਨਾਲ ਸੀ ਕਿ ਨਾਲ ਇਹਨਾਂ ਦੇ ਚੱਲ ਪੈਂਦੇ ਤੇ ਇਹਨਾਂ ਦੀ ਸੇਵਾ ਕਰਕੇ ਸਾਰੀਆਂ ਸੰਗਤਾਂ ਸੇਵਾ ਕਰਕੇ ਚੱਲਦੀਆਂ ਪਰ ਇਹ ਸਾਡੇ ਤੇ ਇਦਾਂ ਦੇ ਗਾਣਬਾਜੀ ਕਰਦੇ ਆ ਵੀ ਤੁਸੀਂ ਉੱਥੇ ਜਾ ਕੇ ਦੰਗੇ ਕੀਤੇ ਕਰਦੇ ਹੋ ਆਇਆ ਕਰਦੇ ਹੋ ਪਾਣੀ ਪਿਆਉਣ ਦੀ ਤੁਹਾਨੂੰ ਸਾਡਾ ਇਨਾਮ ਜਿਹੜਾ ਵਾ ਤਿਹਾੜ ਜੇਲ ਹਾਂ ਤਿਹਾੜ ਕੋਈ ਮਲਾਲ ਤਾਂ ਨਹੀਂ ਮਨ ਦੇ ਵਿੱਚ ਫਿਰ ਕਿਸਾਨੀ ਧਰਨੇ 'ਚ ਜਾਓਗੇ ਤੁਸੀਂ ਕਿਸਾਨੀ ਤੇ ਹੈ ਹੀ ਸਾਡੀ ਕਿਸਾਨੀ ਧਰਨਾ ਫਿਰ ਜਿੰਦਾਬਾਦ ਹੀ ਰਹਿਣਾ ਕੋਈ ਮਲਾਲ ਨਹੀਂ ਕੋਈ ਮਲਾਲ ਨਹੀਂ ਚਿਹਰੇ ਤੇ ਮੁਸਕਾਨ ਆਈ ਬਰਕਰਾਰ ਹੱਥ ਲਾਉਂਦੇ ਹੋਈ ਆਏ ਸੀ ਬਾਹਰ ਕੋਈ ਨਹੀਂ ਸਰ ਜਿੱਦਣਾ ਇਹ ਆਪਣਾ ਇਦਾਂ ਹੀ ਜ਼ੋਰ ਤੇ ਨਾ ਆਪਣੀ ਤਾਕਤ ਤੇ ਦਿਖਾਣੀ ਹੈ ਪਰ ਸਾਡੀ ਕਿਸਾਨੀ ਜਿੰਦਾਬਾਦ ਹੀ ਰਹਿਣੀ ਤਾਂ ਤੁਸੀਂ ਇੱਧਰ ਬਾਹਰ ਚਲੋ ਤੁਸੀਂ ਬਾਹਰ ਆ ਜਾਓ ਉਸ ਬੰਨੇ ਕਿਉਂਕਿ ਮਨਾ ਕਰ ਰਹੇ ਨੇ ਪੁਲਿਸ ਵਾਲੇ ਬਾਹਰ ਆ ਜਾਓ ਪੰਗੂ ਸਾਹਿਬ ਤੁਸੀਂ ਵੀ ਬਾਹਰ ਆ ਜਾਓ ਤੁਹਾਡਾ ਵੀ ਗੱਲ ਕਰ ਲੈਂਦੇ ਆ ਰਵਿੰਦਰ ਜੀ ਤੁਸੀਂ ਵੀ ਬਾਹਰ ਆ ਜਾਓ ਕਿਸਾਨ ਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਪੰਗੂ ਸਾਹਿਬ ਇਸ ਤਰ੍ਹਾਂ ਦੇਖਿਆ ਜਾਵੇ ਜਲ ਛਕਾਉਣ ਦੀ ਇਸ ਤਰ੍ਹਾਂ ਸੇਵਾ ਕਰ ਰਹੇ ਸੀਗੇ ਪਰ ਸਲਾਹ ਦੇਖ ਲਓ ਕੀ ਮਿਲਿਆ ਰਵਿੰਦਰ ਸਿੰਘ ਦਾ ਮੂੰਹ ਦੱਸੀ ਇਹ ਪੁਲਿਸ ਜ਼ਬਰ ਦੀ ਇਨਸਾਨ ਹੈ 26 ਤਰੀਕ ਨੂੰ ਜੋ ਘਟਨਾ ਕਰਮ ਹੋਇਆ ਸਾਰੀ ਦੁਨੀਆ ਨੇ ਦੇਖਿਆ ਸਾਰੇ ਦੇਸ਼ ਨੇ ਦੇਖਿਆ ਉਹ ਸਭ ਕੁਝ ਜਗ ਜਾਹਰੇ ਜੋ ਹੋਇਆ ਸੀ ਔਰ ਦਵਿੰਦਰ ਸਿੰਘ ਉਹਨਾਂ ਦੇ ਮੂੰਹ ਤੋਂ ਜੋ ਸੁਣਿਆ ਇਹ ਤਾਂ ਬਹੁਤ ਹੀ ਵੱਡਾ ਇਸ ਤੋਂ ਪ੍ਰਮਾਣ ਹੋਰ ਕੀ ਹੋ ਸਕਦਾ ਹੈ ਵੀ ਜਿੰਨੇ ਪੁਲਿਸ ਨੇ ਧੱਕਾ ਜੋ ਵੀ ਜ਼ਬਰ ਕੀਤਾ ਜਿਹੜੇ ਨੌਜਵਾਨ ਸੇਵਾ ਕਰ ਰਹੇ ਸੀ ਆਪਣੇ ਸਾਰੇ ਮੋਰਚੇ ਦੇ ਵਿੱਚ ਲੰਗਰ ਲਾਏ ਹੋਏ ਸੀ ਇਹਨਾਂ ਨੂੰ ਇਸਦੇ ਦੱਸਣ ਅਨੁਸਾਰ ਉਸ ਰੂਟ 'ਤੇ ਜਾਣ ਨਹੀਂ ਦਿੱਤਾ ਗਿਆ ਜ਼ਬਰਦਸਤੀ ਦੂਜੇ ਰੂਟ 'ਤੇ ਭੇਜਿਆ ਔਰ ਨੋਟਿਸ ਭੇਜ ਕੇ ਉਸ ਤੋਂ ਬਾਅਦ ਇਹਦੇ ਨੰਬਰ ਪਲੇਟ ਨੂੰ ਪਛਾਣ ਕੇ ਜਦਕਿ ਇਹਦੇ ਖਿਲਾਫ਼ ਕੋਈ FIR ਨਹੀਂ ਸੀ ਕੋਈ ਪਰਚਾ ਨਹੀਂ ਸੀ ਇਨਵੈਸਟੀਗੇਸ਼ਨ ਵੀ ਬੁਲਾਇਆ ਨੰਬਰ ਪਲੇਟ ਤੋਂ CCTV ਦੇ ਕੈਮਰੇ ਰਾਹੀਂ ਅਤੇ ਉੱਥੇ ਝੂਠਾ ਪਰਚਾ ਦਰਜ ਕਰਕੇ 8 ਫਰਵਰੀ ਨੂੰ ਇਹਨੂੰ ਜੇਲ੍ਹ ਭੇਜ ਦਿੱਤਾ ਗਿਆ ਪਰਚਾ ਵੀ ਸਧਾਰਨ ਨਹੀਂ 307 ਰਾਧਾ ਕਤਲ 395 397 ਜਿਹੜੇ ਡਕੈਤੀ ਹੁੰਦੀ ਹੈ ਇਹ ਬਹੁਤ ਵੱਡੇ ਜਿਹੜੇ ਕ੍ਰਿਮੀਨਲ ਲੋਕ ਉਹਨਾਂ ਨੂੰ ਦਰਜ ਕੀਤਾ ਜਾਂਦਾ ਇਸ ਕਿਸਮ ਦੇ ਜਿਹੜੇ ਸੇਵਾ ਕਰਨ ਵਾਲੇ ਨੌਜਵਾਨ ਜਿਹਨਾਂ ਦਾ ਦੋਸ਼ ਕੋਈ ਨਾ ਹੋਵੇ ਉਹਨਾਂ ਨੂੰ ਸਿਰਫ ਇਨਵੈਸਟੀਗੇਸ਼ਨ ਦੇ ਬਹਾਨੇ ਬੁਲਾ ਕੇ ਇਹੋ ਜਿਹੇ ਪਰਚੇ ਦਰਜ ਕਰਨੇ ਤਾਂ ਮੈਂ ਸਿੰਘ ਕਿਸਾਨ ਮੋਰਚੇ ਦਾ ਪੈਨਲ ਮੇਰੇ ਨਾਲ ਰਵਿੰਦਰ ਸਿੰਘ ਜੀ ਪਟਿਆਲਾ ਕੁਲਦੀਪ ਸਿੰਘ ਅਸੀਂ ਇਕੱਠੇ ਆਏ ਹਾਂ ਨੌਜਵਾਨ ਦੀ ਰਿਹਾ ਜੀ ਅਤੇ ਅਸੀਂ ਇਸ ਦੀ ਪੁਰਜ਼ੋਰ ਨਿਖੇਧੀ ਕਰਦੇ ਨਾਲ ਹੀ ਅਸੀਂ ਇਹ ਕਹਿੰਦੇ ਹਾਂ ਕਿ ਪੰਜਾਬ ਹਰਿਆਣਾ ਉੱਤਰਾਖੰਡ UP ਦੇ ਵਿੱਚ ਸੈਂਕੜੇ ਕਿਸਾਨਾਂ ਨੂੰ ਇਸ ਕਿਸਮ ਦੇ ਜਿਹੜੇ ਨੋਟਿਸ ਭੇਜੇ ਜਾ ਰਹੇ ਨੇ ਇੰਟੈਂਸ਼ਨ ਸਾਫ਼ ਹੈ ਕਿ ਐਸੀ FIR ਪੁਲਿਸ ਨੇ ਰੱਖੀਆਂ ਹੋਈਆਂ ਨੇ ਜਿਹੜੀਆਂ ਅਨਨੇਮਡ ਨੇ ਅਨਆਡੈਂਟੀਫਾਈਡ ਪਰਸਨ ਦੇ ਖਿਲਾਫ਼ ਨੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਨੋਟਿਸ ਭੇਜ ਕੇ ਬੁਲਾ ਕੇ ਉਹਨਾਂ ਨੂੰ ਫਾਲਸਲੀ ਇੰਪਲੀਕੇਟ ਕਰਨਾ ਚਾਹੁੰਦੇ ਨੇ ਬਹੁਤ ਵੱਡੀ ਪੱਧਰ 'ਤੇ ਤਾਂ ਕਿ ਟੈਰਰ ਐਸਾ ਫੈਲਾਇਆ ਜਾਵੇ ਕਿ ਲੋਕ ਮੋਰਚੇ ਦੇ ਵਿੱਚ ਆਉਣ ਨਾ ਜਿਹੜੇ ਮੋਰਚੇ ਸ਼ਾਮਲ ਹੈ ਉਹ ਵੀ ਸੈਮ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਵਾਪਸ ਮੁੜਨ ਇਹ ਬਹੁਤ ਵੱਡੀ ਜਿਹੜਾ ਪੁਲਿਸ ਦਾ ਡਿਜ਼ਾਈਨ ਹੈ ਖਤਰਨਾਕ ਡਿਜ਼ਾਈਨ ਹੈ ਜਿਹੜਾ ਸੈਂਟਰਲ ਗਵਰਨਮੈਂਟ ਅਤੇ ਪੁਲਿਸ ਰਲ ਕੇ ਖੇਡ ਰਹੀ ਹੈ 307 ਦੇ ਪਰਚੇ